ਬਰਗਾੜੀ ਕਾਂਡ ਵਾਪਰਿਆ ਤੇ ਇਨਸਾਨ ਬੀਤ ਗਏ। ਪਰ ਇਸ ਦੁਖਦਾਈ ਘਟਨਾ ਦੀ ਟੀਸ ਅੱਜ ਵੀ ਹਰ ਸਿੱਖ ਦੇ ਹਿਰਦੇ ਚ ਹੈ। ਬਰਗਾੜੀ ਤੇ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਮੁਤਵਾਜੀ ਜਥੇਦਾਰਾਂ ਵੱਲੋਂ ਬਰਗਾੜੀ ਚ ਮੋਰਚਾ ਖੋਲਦਿਆਂ ਅਣਮਿੱਥੇ ਸਮੇਂ ਦਾ ਧਰਨਾ ਲਗਾਇਆ ਗਿਆ। ਧਰਨੇ ਤੋਂ ਘਬਰਾਈ ਸਰਕਾਰ ਨੇ ਐਤਵਾਰ ਨੂੰ ਬਰਗਾੜੀ ਕਾਂਡ ਦੇ ਜ਼ਖਮਾਂ ਤੇ ਮਰਹਮ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਧਰਨੇ ਤੇ ਬੈਠੀਆਂ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਲਈ ਭੇਜਿਆ। ਦੋਵਾਂ ਧਿਰਾਂ 'ਚ ਕਰੀਬ 4 ਘੰਟੇ ਬੰਦ ਕਮਰਾ ਮੀਟਿੰਗ ਹੋਈ। ਬਾਜਵਾ ਦਾ ਕਹਿਣਾ ਹੈ ਕਿ ਉਹ ਧਰਨਾਕਾਰੀਆਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਤੱਕ ਪਹੁੰਚਾ ਕੇ ਮਾਮਲੇ ਦੇ ਹੱਲ ਦੀ ਕੋਸ਼ਿਸ਼ ਕਰਨਗੇ ਤੇ ਅਸੀਂ CM ਸਾਹਿਬ ਨੂੰ ਸਾਰਾ ਕੁਝ ਦੱਸ ਕੇ ਕੋਸ਼ਿਸ਼ ਕਰਾਂਗੇ ਕਿ ਸਰਕਾਰ ਆਪ ਚਾਹੁੰਦੀ ਆ ਵੀ ਇਸ ਮਸਲੇ ਨੂੰ ਬੜਾ ਸ਼ਾਂਤੀਪੂਰਵਕ ਅਤੇ ਬਾਇਜ਼ਤ ਮੁਕਾਇਆ ਜਾਵੇ। ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਗੱਲ ਕਰੀਏ ਜਾਂ ਇਹਨਾਂ ਨੂੰ ਸੱਦੀਏ, ਫਿਰ ਇਹਨਾਂ ਮੁਤਾਬਕ ਅਸੀਂ CM ਸਾਹਿਬ ਨਾਲ ਕਰਾਂਗੇ ਅਤੇ CM ਸਾਹਿਬ ਸ਼ਾਇਦ ਇਹਨਾਂ ਨੇ ਸਿੱਧੀ ਸੁਣ ਕੇ ਕੋਈ ਨਾ ਕੋਈ ਹੱਲ ਕਰੀਏ।